ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਡਾਕਟਰ ਬਲਵਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਬਲਾਕ ਮੋਗਾ ਇੱਕ ਵੱਲੋਂ ਪਿੰਡ ਕਪੂਰੇ ਵਿਖੇ ਜ਼ਿਲ੍ਹਾ ਸ਼ਕਤੀ ਅਭਿਆਨ ਤਹਿਤ ਬਲਾਕ ਪੱਧਰੀ ਕਿਸਾਨ ਸਿਖਲਾਈ ਸੈਮੀਨਾਰ ਲਗਵਾਇਆ ਗਿਆ। ਇਸ ਕੈਂਪ ਵਿੱਚ ਮੁੱਖ ਖੇਤੀਬਾੜੀ ਅਫਸਰ ਬਲਵਿੰਦਰ ਸਿੰਘ ਅਤੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਪਰਮਜੀਤ ਕੌਰ ਕਪੂਰੇ ਤੋਂ ਇਲਾਵਾ ਸਤਵੀਰ ਸਿੰਘ ਤੁੰਬੜਪਾਨ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿੱਚ ਪਿੰਡ ਦੇ ਤਕਰੀਬਨ 200 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਡਾਕਟਰ ਮਨੀਸ਼ ਨਰੂਲਾ ਬਾਗਵਾਨੀ ਵਿਕਾਸ ਅਫਸਰ ਨੇ ਫਲਦਾਰ ਬੂਟਿਆਂ ਬਾਗਾਂ ਅਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਝੋਨੇ ਅਤੇ ਬਾਸਮਤੀ ਦੀ ਫਸਲ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਡਾਕਟਰ ਰਾਜਵਿੰਦਰ ਸਿੰਘ ਏਡੀਓ ਮੋਗਾ ਵਨ ਨੇ ਕੀਟਨਾਸ਼ਕ ਅਤੇ ਉਲੀਨਾਸ਼ਕ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਬਾਰੇ ਗੁਜ਼ਾਰਿਸ਼ ਕੀਤੀ। ਡਾਕਟਰ ਸੰਦੀਪ ਸਿੰਘ ਭੁੱਲਰ ਵੈਟਰਨਰੀ ਅਫਸਰ ਨੇ ਪਸ਼ੂਆਂ ਵਿੱਚ ਬਾਂਝਪਣ ਦੀ ਸਮੱਸਿਆ ਦੇ ਕਾਰਨਾਂ ਅਤੇ ਪਸ਼ੂਆਂ ਦੀਆਂ ਹੋਰ ਬਿਮਾਰੀਆਂ ਬਾਰੇ ਚਾਨਣਾ ਪਾਇਆ। ਡਾਕਟਰ ਸਵਰਨਜੀਤ ਸਿੰਘ ਏਡੀਓ ਨੇ ਝੋਨੇ ਦੀ ਫਸਲ ਵਿੱਚ ਪਾਣੀ ਪ੍ਰਬੰਧ ਅਤੇ ਝੋਨੇ ਦੀ ਕਾਸ਼ਤ ਦੀ ਥਾਂ ਹੋਰ ਫਸਲਾਂ ਜਿਵੇਂ ਬਾਸਮਤੀ ਅਤੇ ਮੱਕੀ ਬੀਜਣ ਫਸਲ ਦੀ ਵਿਭਿੰਨਤਾ ਲਿਆਉਣ ਲਈ ਕਿਹਾ। ਸ਼੍ਰੀ ਅਸ਼ਵਨੀ ਕੁਮਾਰ ASI ਨੇ ਰੋਜ਼ਾਨਾ ਜੀਵਨ ਅਤੇ ਕਿਸਾਨੀ ਵਿੱਚ ਪਾਣੀ ਦੀ ਬੱਚਤ ਕਾਰਨ ਸੰਬੰਧੀ ਇੱਕ ਕਵਿਤਾ ਦੇ ਮਾਧਿਅਮ ਆਪਣੇ ਵਿਚਾਰ ਸਾਂਝੇ ਕੀਤੇ। ਡਾਕਟਰ ਸੁਖਰਾਜ ਕੌਰ ਦਿਓਲ ਨੇ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਪੋਸ਼ਣ ਅਭਿਆਨ ਬਾਰੇ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਡਾਕਟਰ ਰਾਜ ਸਰੂਪ ਸਿੰਘ ਗਿੱਲ DPD ਆਤਮਾ ਸਿੰਘ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਸਹਾਇਕ ਧੰਦੇ ਮੱਖੀ ਪਾਲਣ ਅਤੇ ਖੁੰਬਾਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ। ਬਲਾਕ ਖੇਤੀਬਾੜੀ ਅਫਸਰ ਡਾਕਟਰ ਕੁਲਦੀਪ ਸਿੰਘ ਨੇ ਕੈਂਪ ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਅਸੀਂ ਪਾਣੀ ਨੂੰ ਅੱਜ ਨਾ ਸੰਭਾਲਿਆ ਤਾਂ ਇਸ ਦਾ ਖਾਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਸੋ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਪਾਣੀ ਦੀ ਬੱਚਤ ਕਰੇ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਸੰਭਾਲ ਸਕੀਏ। ਸਿਖਲਾਈ ਕੈਂਪ ਲਾਇਆ ਗਿਆ, ਇਹਦਾ ਮੇਨ ਮੰਤਵ ਆ ਵੀ ਆਪਾਂ ਜ਼ਿਮੀਂਦਾਰਾਂ ਨੂੰ ਇਹ ਪ੍ਰੇਰਿਤ ਕਰੀਏ ਵੀ ਪਾਣੀ ਜੋ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਉਹਨੂੰ ਆਪਾਂ ਕਿਵੇਂ ਬੱਚਤ ਕਰੀਏ ਵੀ ਜਿਹਦੇ ਨਾਲ ਆਪਾਂ ਘੱਟ ਪਾਣੀ ਲੈਣ ਵਾਲੀਆਂ ਫਸਲ ਕਿਸਮਾਂ ਬੀਜੀਏ ਤਾਂ ਕਿ ਆਪਾਂ ਆਉਣ ਵਾਲੀ ਨਸਲ ਨੂੰ ਧਿਆਈ ਨਾ ਮਾਰ ਸਕੀਏ, ਆਪਾਂ ਵੱਧ ਤੋਂ ਵੱਧ ਦੂਜੀਆਂ ਫਸਲਾਂ ਬੀਜੀਏ ਜਿਹਨੂੰ ਪਾਣੀ ਘੱਟ ਆਉਂਦਾ। ਹੋਰ ਕੀ ਜਾਣਕਾਰੀ ਦਿੱਤੀ ਗਈ ਹੈ? ਫਸਲਾਂ ਦੇ ਸੰਬੰਧ ਜਾਣਕਾਰੀ ਦਿੱਤੀ ਗਈ ਆ, ਮਿੱਟੀ ਪਰਖ ਦੇ ਸੰਬੰਧ ਜਾਣਕਾਰੀ ਦਿੱਤੀ ਗਈ ਆ, ਇਸੇ ਤਰ੍ਹਾਂ ਹੀ ਵੱਖ ਵੱਖ ਤਰ੍ਹਾਂ ਦੇ ਹੋਰ ਆਤਮਾ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਆ। ਜੋ ਜਾਣਕਾਰੀ ਮਹਿਕਮਾ ਦੇ ਸਕਦਾ ਸੀ ਸਭ ਤੋਂ ਵੱਧ ਜਲਦੀ ਜੋ ਅੱਜ ਜਿਵੇਂ ਕਹਿੰਦਾ ਵੀ ਸਿੱਧੀ ਬਿਜਾਈ ਕਰੋ, DSS ਕਰੋ, ਜਿਹਦੇ ਨਾਲ ਪਾਣੀ ਦੀ ਬੱਚਤ ਹੋਈ। ਅੱਜ ਕਿੰਨੇ ਕੈਂਪ ਲਾਏ ਗਏ ਨੇ ਸਾਰੇ ਜ਼ਿਲ੍ਹੇ ਦੇ ਵਿੱਚ? ਅੱਜ ਸਾਰੇ ਜ਼ਿਲ੍ਹੇ ਦੇ ਵਿੱਚ 3 ਜਗ੍ਹਾ ਕੈਂਪ ਲਾਏ ਗਏ ਆ, ਮੋਗਾ 1, ਮੋਗਾ 2 ਅਤੇ ਲਿਆਰ ਸਿੰਘ। ਠੀਕ ਹੈ। ਜੋ ਕਿਸਾਨ ਕੈਂਪ ਆ, ਕੈਂਪ ਜੋ ਮੋਗਾ ਬਲਾਕ ਬਣਦਾ ਸੀਗਾ, ਇਹਦੇ ਵਿੱਚ ਸਮੁੱਚੀ ਜਿਹੜੀ ਟੀਮ ਆ ਐਗਰੀਕਲਚਰ ਮਹਿਕਮੇ ਦੀ, ਚੀਫ ਸਾਹਿਬ ਅਤੇ ਸਾਰੇ ਅਫੀਸਰ ਸਵਾਰ, ਉਹਨਾਂ ਨੇ ਵੱਖ ਵੱਖ ਫਸਲਾਂ ਸੰਬੰਧੀ ਜੋ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਆ, ਉਹ ਇੱਕ ਵਧੀਆ ਸਾਂਝਾ ਜੋ ਕਦਮ ਆ ਇਹਨਾਂ ਦਾ। ਜੋ ਕਿਸਾਨਾਂ ਕੋਲ ਵੱਖ ਵੱਖ ਜੋ ਸਕੀਮਾਂ ਸਰਕਾਰ ਵੱਲੋਂ, ਸੈਂਟਰ ਸਰਕਾਰ ਵੱਲੋਂ ਆ ਰਹੀਆਂ ਨੇ, ਚਾਹੇ ਉਹ ਸੰਦਾਂ 'ਚ ਸਬਸਿਡੀ ਹੋਵੇ, ਚਾਹੇ ਕੋਈ ਦਵਾਈਆਂ 'ਤੇ ਸਬਸਿਡੀ ਹੋਵੇ, ਬੀਜਾਂ 'ਤੇ ਹੋਵੇ, ਜਾਂ ਬਾਸਮਤੀ 'ਤੇ ਬਰਤਨ ਬਣਾਈਆਂ ਦਵਾਈਆਂ ਜਿਨ੍ਹਾਂ ਦੀ ਮਨਾਹੀ ਹੋਵੇ, ਉਹਨਾਂ ਬਾਰੇ ਜੋ ਜਾਣਕਾਰੀ ਇਹਨਾਂ ਨੇ ਦਿੱਤੀ ਅੱਜ, ਬਹੁਤ ਇੱਕ ਵਧੀਆ ਸਾਂਝਾ ਜੋ ਕਦਮ ਸੀਗਾ, ਜਿਹੜੇ ਕਿਸਾਨਾਂ ਤੱਕ ਘਰ ਬੈਠਿਆਂ ਨਹੀਂ ਜਾਣਕਾਰੀ ਪਹੁੰਚ ਸਕਦੀ, ਉਹ ਇੱਥੇ ਆ ਕੇ ਉਹਨਾਂ ਕਿਸਾਨਾਂ ਨੇ ਜਾਣਕਾਰੀ ਹਾਸਲ ਕੀਤੀ। ਅਤੇ ਮੈਨੂੰ ਉਮੀਦ ਆ ਵੀ ਅੱਗੇ ਵਾਸਤੇ ਵੀ ਜੋ ਇਹਨਾਂ ਦੇ ਕੈਂਪ ਲੱਗ ਰਹੇ ਨੇ ਕਿਸਾਨਾਂ ਵਾਸਤੇ, ਬਹੁਤ ਵਧੀਆ ਸਫਲ ਕਿਸਾਨਾਂ ਵਾਸਤੇ ਉਹ ਜਿਹੜੇ ਆ ਸਾਜਗਾਰ ਹੋਣਗੇ। ਇਸ ਕਰਕੇ ਕਿਸਾਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਹਨਾਂ ਕੈਂਪਾਂ ਦੇ ਵਿੱਚ ਸ਼ਮੂਲੀਅਤ ਕਰਕੇ ਅਤੇ ਸਰਕਾਰ ਵੱਲੋਂ ਆਉਣ ਵਾਲੀਆਂ ਸਕੀਮਾਂ ਦਵਾਈਆਂ ਸੰਬੰਧੀ, ਚਾਹੇ ਖੇਤੀ ਸੰਬੰਧੀ, ਬੀਜਾਂ ਸੰਬੰਧੀ ਜੋ ਵੀ ਸਕੀਮਾਂ ਨੇ ਉਹ ਮਹਿਕਮੇ ਤੋਂ ਹਾਸਲ ਕਰਕੇ ਜੋ ਇਹਦਾ ਆਪਣਾ ਜੋ ਬਣਦਾ ਹੈਗਾ ਵੱਖ ਲੈਣ ਦੇ ਕਾਬਲ ਹੋ ਸਕਣ, ਅਤੇ ਵੱਧ ਤੋਂ ਵੱਧ ਇਹ ਮਹਿਕਮਾ ਵੀ ਸਾਨੂੰ
ਕਿਸਾਨਾਂ ਨਾਲ ਸਹਿਯੋਗ ਕਰਦਾ, ਜਿੰਨੇ ਵੀ ਕਿਸਾਨ ਵੀ ਇੱਥੇ ਪਹੁੰਚਦੇ ਆ ਉਹਨਾਂ ਨੂੰ ਵੱਖ ਵੱਖ ਸਮੇਂ 'ਤੇ ਇਨਫੋਰਮੇਸ਼ਨ ਦੇ ਕੇ ਬਹੁਤ ਵਧੀਆ ਉਹਨਾਂ ਨੂੰ ਜੋ ਇੱਕ ਵਧੀਆ ਰਾਹ ਦੱਸਦੇ ਨੇ ਅਤੇ ਸਾਨੂੰ ਵੀ ਇਸ ਕਰਕੇ ਇਹ ਜਿਹੜਾ ਕੈਂਪ ਆ ਬਹੁਤ ਇੱਕ ਸਫਲ ਕੈਂਪ ਆ। ਮੈਂ ਬਹੁਤ ਵਧਾਈ ਦਿੰਦਾ ਜੀਵ ਸਾਹਿਬ ਅਤੇ ਸਮੁੱਚੀ ਹੀ ਟੀਮ ਨੂੰ ਕਿ ਜਿਨ੍ਹਾਂ ਨੇ ਕਿਸਾਨਾਂ ਵਾਸਤੇ ਬਹੁਤ ਵਧੀਆ ਇਹਨਾਂ ਦੀ ਸੋਚ ਆ ਅਤੇ ਸਰਕਾਰ ਦੀਆਂ ਜੋ ਸਕੀਮਾਂ ਉਹ ਕਿਸਾਨਾਂ ਤੱਕ ਪਹੁੰਚਾਈਆਂ ਨੇ। ਬਹੁਤ ਬਹੁਤ ਧੰਨਵਾਦ। ਆਵਾਜ਼ ਏ ਗੌਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।